ਯੋਹੰਨਾ ਦੀ ਕਿਤਾਬ ਅਧਿਆਇ 8 ਪਰ ਯਿਸੂ ਜੈਤੂਨ ਦੇ ਪਹਾੜ ਵੱਲ ਚਲੇ ਗਏ ਅਗਲੇ ਦਿਨ ਸਵੇਰੇ ਹੀ ਉਹ ਫਿਰ ਮੰਦਰ ਵਿੱਚ ਗਏ ਸਾਰੇ ਲੋਕੀ ਉਹਨਾਂ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ ਧਰਮਗ੍ਰੰਥੀ ਅਤੇ ਫਰੀਸੀ ਇੱਕ ਔਰਤ ਨੂੰ ਲਿਆਏ ਜੋ ਵਿਵਚਾਰ ਕਰਦੀ ਫੜੀ ਗਈ ਸੀ ਉਹ ਉਸ ਔਰਤ ਨੂੰ ਵਿਚਕਾਰ ਖੜਾ ਕਰਕੇ ਬੋਲੇ ਗੁਰੂ ਜੀ ਇਹ ਔਰਤ ਵਿਵਚਾਰ ਕਰਦੀ ਫੜੀ ਗਈ ਹੈ ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਆਗਿਆ ਦਿੱਤੀ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਉ ਕਰਕੇ ਮਾਰ ਦਿੱਤਾ ਜਾਵੇ ਪਰ ਤੁਸੀਂ ਕੀ ਕਹਿੰਦੇ ਹੋ ਇਹ ਉਹਨਾਂ ਨੇ ਯਸੂ ਨੂੰ ਪਰਖਣ ਵਾਸਤੇ ਕਿਹਾ ਕਿ ਉਹ ਯਸੂ ਤੇ ਕੋਈ ਦੋਸ਼ ਲਾ ਸਕਣ ਪਰ ਯਸੂ ਝੁੱਕ ਕੇ ਉਂਗਲੀ ਨਾਲ ਜ਼ਮੀਨ ਉੱਤੇ ਕੁਝ ਲਿਖਣ ਲੱਗੇ ਪਰ ਜਦੋਂ ਉਹ ਲੋਕੀ ਉੱਥੇ ਖੜੇ ਯਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉ ਤਾਂ ਝੁੱਕ ਕੇ ਉਹਨਾਂ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਨੂੰ ਕਿਹਾ ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾ ਪਾਪ ਦੇ ਹੈ ਉਹ ਹੀ ਪਹਿਲਾ ਪੱਥਰ ਇਸ ਨੂੰ ਮਾਰੇ ਇਹ ਕਹਿ ਕੇ ਉਹ ਫਿਰ ਝੁੱਕ ਕੇ ਜ਼ਮੀਨ ਉੱਤੇ ਲਿਖਣ ਲੱਗੇ ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਵੱਡਿਆਂ ਤੋਂ ਸ਼ੁਰੂ ਕਰਕੇ ਛੋਟਿਆਂ ਤੱਕ ਸਾਰੇ ਇੱਕ ਇੱਕ ਕਰਕੇ ਉੱਥੋਂ ਖਿਸਕ ਗਏ ਕੇਵਲ ਯਿਸੂ ਅਤੇ ਉਹ ਔਰਤ ਜੋ ਵਿਚਕਾਰ ਸੀ ਉੱਥੇ ਰਹਿ ਗਏ ਯਿਸੂ ਨੇ ਫਿਰ ਆਪਣਾ ਸਿਰ ਉਤਾ ਚੁੱਕਿਆ ਅਤੇ ਉਸ ਔਰਤ ਨੂੰ ਕਿਹਾ ਬੀਬੀ ਉਹ ਕਿੱਥੇ ਹਨ ਕਿ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ ਉਸ ਆਰਥ ਨੇ ਉੱਤਰ ਦਿੱਤਾ ਪ੍ਰਭੂ ਜੀ ਕਿਸੇ ਨੇ ਨਹੀਂ ਯਿਸੂ ਨੇ ਕਿਹਾ ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ ਜਾ ਅੱਗੋਂ ਤੋਂ ਫਿਰ ਪਾਪ ਨਾ ਕਰੀ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ ਮੈਂ ਸੰਸਾਰ ਦੀ ਜੋਤੀ ਹਾਂ ਜੋ ਮੇਰੇ ਪਿੱਛੇ ਆਏਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ ਸਗੋਂ ਜੀਵਨ ਦੀ ਜੋਤੀ ਪ੍ਰਾਪਤ ਕਰੇਗਾ ਫਰੀਸੀਆਂ ਨੇ ਉਹਨਾਂ ਨੂੰ ਕਿਹਾ ਤੂੰ ਆਪਣੀ ਗਵਾਹੀ ਆਪ ਦਿੰਦਾ ਹੈ ਇਸ ਲਈ ਤੇਰੀ ਗਵਾਹੀ ਸੱਚੀ ਨਹੀਂ ਹੈ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਬੇਸ਼ੱਕ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਪਰ ਮੇਰੀ ਗਵਾਹੀ ਫਿਰ ਵੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ ਪਰ ਇਸਦੇ ਉਲਟ ਤੁਸੀਂ ਨਹੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ ਤੁਸੀਂ ਮਨੁੱਖੀ ਦ੍ਰਿਸ਼ਟੀਕੋਣ ਨੂੰ ਆਧਾਰ ਮੰਨ ਕੇ ਨਿਆਂ ਕਰਦੇ ਹੋ ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ ਹਾਂ ਪਰ ਜੇਕਰ ਮੈਂ ਨਿਆਂ ਕਰਾਂ ਵੀ ਤਾਂ ਵੀ ਮੇਰਾ ਨਾਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਇਹ ਕੰਮ ਨਹੀਂ ਕਰਦਾ ਸਗੋਂ ਪਿਤਾ ਜਿਸ ਨੇ ਮੈਨੂੰ ਕੱਲਿਆ ਹੈ ਮੇਰੇ ਨਾਲ ਹੈ ਤੁਹਾਡੀ ਵਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਆਦਮੀਆਂ ਦੀ ਗਵਾਹੀ ਸੱਚੀ ਹੁੰਦੀ ਹੈ ਮੇਰੀ ਆਪਣੇ ਸਬੰਧ ਵਿੱਚ ਗਵਾਹੀ ਹੈ ਅਤੇ ਮੇਰਾ ਭੇਜਣ ਵਾਲਾ ਪਿਤਾ ਵੀ ਮੇਰੇ ਬਾਰੇ ਗਵਾਹੀ ਦਿੰਦਾ ਹੈ ਉਹਨਾਂ ਨੇ ਯਸੂ ਤੋਂ ਪੁੱਛਿਆ ਤੇਰਾ ਪਿਤਾ ਕਿੱਥੇ ਹੈ ਯਸੂ ਨੇ ਉੱਤਰ ਦਿੱਤਾ ਨਾ ਤੁਸੀਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਪਿਤਾ ਨੂੰ ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੁੰਦੇ ਇਹ ਸਭ ਗੱਲਾਂ ਜਸੂ ਨੇ ਮੰਦਰ ਵਿੱਚ ਸਿੱਖਿਆ ਦਿੰਦਿਆਂ ਹੋਇਆਂ ਕੋਸ਼ਗ੍ਰਹਿ ਵਿੱਚ ਕਹੀਆਂ ਪਰ ਕਿਸੇ ਨੇ ਉਹਨਾਂ ਨੂੰ ਨਾ ਫੜਿਆ ਕਿਉਂਕਿ ਅਜੇ ਉਹਨਾਂ ਦਾ ਵੇਲਾ ਨਹੀਂ ਆਇਆ ਸੀ ਜਸੂ ਨੇ ਉਹਨਾਂ ਨੂੰ ਕਿਹਾ ਮੈਂ ਜਾ ਰਿਹਾ ਹਾਂ ਤੁਸੀਂ ਮੈਨੂੰ ਲੱਭੋਗੇ ਤੁਸੀਂ ਆਪਣੇ ਪਾਪ ਵਿੱਚ ਮਰੋਗੇ ਤੁਸੀਂ ਉੱਥੇ ਨਹੀਂ ਆ ਸਕਦੇ ਹੋ ਜਿੱਥੇ ਮੈਂ ਜਾ ਰਿਹਾ ਹਾਂ ਇਸੋ ਤੇ ਜੀ ਹੂਦਿਆਂ ਨੇ ਕਿਹਾ ਕਿ ਇਹ ਆਤਮ ਹੱਤਿਆ ਤਾਂ ਨਹੀਂ ਕਰੇਗਾ ਕਿਉਂਕਿ ਇਹ ਕਹਿ ਰਿਹਾ ਹੈ ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਨਹੀਂ ਆ ਸਕਦੇ ਜਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਤੁਸੀਂ ਹੀਠਾਂ ਦੇ ਹੋ ਪਰ ਮੈਂ ਉੱਪਰ ਦਾ ਹਾਂ ਤੁਸੀਂ ਇਸ ਸੰਸਾਰ ਦੇ ਹੋ ਪਰ ਮੈਂ ਇਸ ਸੰਸਾਰ ਦਾ ਨਹੀਂ ਹਾਂ ਇਸੇ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ ਉਹਨਾਂ ਨੇ ਜਸੂ ਤੋਂ ਪੁੱਛਿਆ ਤੂੰ ਕੌਣ ਹੈ ਜਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਉਹੀ ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਨੂੰ ਤੁਹਾਡੇ ਬਾਰੇ ਕਹਿਣੀਆਂ ਹਨ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਲੋਕੀ ਸਮਝੇ ਸਨ ਕਿ ਯਿਸੂ ਉਹਨਾਂ ਨੂੰ ਪਿਤਾ ਦੇ ਬਾਰੇ ਕਹਿ ਰਹੇ ਸਨ ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚੇ ਉੱਤੇ ਚੜਾਓਗੇ ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ਮੈਂ ਹਾਂ ਅਤੇ ਮੈਂ ਆਪਣੇ ਆਪ ਵਿੱਚ ਕੁਝ ਨਹੀਂ ਕਰਦਾ ਪਰ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਸਿਖਾਇਆ ਹੈ ਮੈਂ ਉਸੇ ਤਰ੍ਹਾਂ ਸਭ ਬੋਲਦਾ ਹਾਂ ਜਿਸਨੇ ਮੈਨੂੰ ਕੱਲਿਆ ਹੈ ਉਹ ਮੇਰੇ ਨਾਲ ਹੈ ਉਸਨੇ ਮੈਨੂੰ ਇਕੱਲਾ ਨਹੀਂ ਛੱਡਿਆ ਹੈ ਕਿਉਂਕਿ ਮੈਂ ਸਦਾ ਉਹੀ ਕਰਦਾ ਹਾਂ ਜਿਸ ਤੋਂ ਉਹ ਆਨੰਦਿਤ ਹੁੰਦਾ ਉਹ ਜਦੋਂ ਇਹ ਗੱਲਾਂ ਕਰ ਰਹੇ ਸਨ ਤਾਂ ਬਹੁਤਿਆਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ ਜੇਕਰ ਤੁਸੀਂ ਮੇਰੇ ਵਚਨਾਂ ਅਨੁਸਾਰ ਚੱਲੋ ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ ਇਸ ਤਰ੍ਹਾਂ ਤੁਸੀਂ ਸੱਤ ਨੂੰ ਜਾਣੋਗੇ ਅਤੇ ਸੱਤ ਤੁਹਾਨੂੰ ਮੁਕਤ ਕਰੇਗਾ ਉਹਨਾਂ ਨੇ ਉੱਤਰ ਦਿੱਤਾ ਅਸੀਂ ਅਬਰਾਮ ਦੀ ਕੁੱਲ ਵਿੱਚੋਂ ਹਾਂ ਅਤੇ ਅਸੀਂ ਅੱਜ ਤੱਕ ਕਿਸੇ ਦੇ ਦਾਸ ਨਹੀਂ ਹੋਏ ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਤੁਸੀਂ ਮੁਕਤ ਕੀਤੇ ਜਾਓਗੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਦਾਸ ਹੈ ਦਾਸ ਸਦਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਸਦਾ ਰਹਿੰਦਾ ਹੈ ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਮ ਦੀ ਕੁੱਲ ਵਿੱਚੋਂ ਹੋ ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਬਿਉਂਤ ਬਣਾ ਰਹੇ ਹੋ ਕਿਉਂਕਿ ਮੇਰੇ ਬਚਨਾਂ ਵਾਸਤੇ ਤੁਹਾਡੇ ਦਿਲ ਵਿੱਚ ਕੋਈ ਥਾਂ ਨਹੀਂ ਹੈ ਮੈਂ ਉਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ ਪਰ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਉਹਨਾਂ ਨੇ ਯਿਸੂ ਨੂੰ ਕਿਹਾ ਅਸੀਂ ਅਬਰਾਮ ਦੀ ਸੰਤਾਨ ਹਾਂ ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਕਿਹਾ ਜੇਕਰ ਤੁਸੀਂ ਅਬਰਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਮ ਵਰਗੇ ਕੰਮ ਕਰਦੇ ਤੁਸੀਂ ਤਾਂ ਮੈਨੂੰ ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ ਜਿਸ ਨੇ ਤੁਹਾਨੂੰ ਪਰਮੇਸ਼ਰ ਕੋਲੋਂ ਸੁਣੇ ਸੱਤ ਬਾਰੇ ਦੱਸਿਆ ਅਬਰਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ ਉਹਨਾਂ ਨੇ ਉੱਤਰ ਦਿੱਤਾ ਅਸੀਂ ਹਰਾਮ ਦੀ ਸੰਤਾਨ ਨਹੀਂ ਹਾਂ ਸਾਡਾ ਇੱਕ ਹੀ ਪਿਤਾ ਅਰਥਾਤ ਪਰਮੇਸ਼ਰ ਹੈ ਯਸੂ ਨੇ ਉਹਨਾਂ ਨੂੰ ਕਿਹਾ ਜੇਕਰ ਤੁਹਾਡਾ ਪਰਮੇਸ਼ਰ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਰ ਕੋਲੋਂ ਇੱਥੇ ਆਇਆ ਹਾਂ ਮੈਂ ਆਪਣੇ ਆਪ ਨਹੀਂ ਆਇਆ ਬਲਕਿ ਉਸਨੇ ਮੈਨੂੰ ਕੱ ਲਿਆ ਹੈ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ ਹੋ ਕਿਉਂਕਿ ਤੁਸੀਂ ਮੇਰੇ ਬਚਨ ਨੂੰ ਸੁਣਨ ਦੇ ਯੋਗ ਵੀ ਨਹੀਂ ਹੋ ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ ਉਹ ਆਦਤੋਂ ਹੀ ਕਾਤਲ ਹੈ ਉਹ ਸੱਤ ਉੱਤੇ ਖੜਾ ਨਹੀਂ ਕਿਉਂਕਿ ਸੱਤ ਉਸ ਵਿੱਚ ਨਹੀਂ ਹੈ ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਓ ਹੈ ਪਰ ਮੈਂ ਸੱਤ ਬੋਲ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ ਜੇਕਰ ਮੈਂ ਸੱਤ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ ਹੋ ਜੋ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੇ ਵਚਨ ਸੁਣਦਾ ਹੈ ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ ਇਸ ਲਈ ਤੁਸੀਂ ਨਹੀਂ ਸੁਣਦੇ ਹੋ ਜੋ ਹਉਦੀਆਂ ਨੇ ਯਸੂ ਨੂੰ ਉੱਤਰ ਦਿੱਤਾ ਕੀ ਸਾਡਾ ਇਹ ਕਹਿਣਾ ਠੀਕ ਨਹੀਂ ਹੈ ਕਿ ਤੂੰ ਸਾਮਰੀ ਹੈ ਅਤੇ ਤੇਰੇ ਵਿੱਚ ਭੂਤ ਹੈ ਯਸੂ ਨੇ ਉੱਤਰ ਦਿੱਤਾ ਮੇਰੇ ਵਿੱਚ ਭੂਤ ਨਹੀਂ ਹੈ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਪਰ ਤੁਸੀਂ ਮੇਰਾ ਨਰਾਦਰ ਕਰਦੇ ਹੋ ਮੈਂ ਆਪਣੀ ਬੜਾਈ ਨਹੀਂ ਚਾਹੁੰਦਾ ਹਾਂ ਪਰ ਇੱਕ ਹੈ ਜੋ ਇਹ ਚਾਹੁੰਦਾ ਹੈ ਅਤੇ ਨਿਆ ਕਰਦਾ ਹੈ ਮੈਂ ਤੁਹਾਨੂੰ ਸੱਤ-ਸੱਤ ਕਹਿੰਦਾ ਹਾਂ ਜੋ ਮੇਰੇ ਬਚਨਾਂ ਉੱਤੇ ਚੱਲਦਾ ਹੈ ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ ਇਸ ਉਤੇ ਜਿਹੜੀਆਂ ਨੇ ਯਿਸੂ ਨੂੰ ਕਿਹਾ ਹੁਣ ਅਸੀਂ ਸੱਚੀ ਜਾਣ ਗਏ ਹਾਂ ਕਿ ਤੇਰੇ ਵਿੱਚ ਭੂਤ ਹੈ ਅਬਰਾਮ ਮਰ ਗਿਆ ਅਤੇ ਸਾਰੇ ਨਬੀ ਵੀ ਪਰ ਤੂੰ ਕਹਿੰਦਾ ਹੈ ਜੇਕਰ ਮੇਰੇ ਬਚਨਾਂ ਉੱਤੇ ਕੋਈ ਚੱਲੇਗਾ ਤਾਂ ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚਖੇਗਾ ਕੀ ਤੂੰ ਸਾਡੇ ਮਰੇ ਪਿਤਾ ਅਬਰਾਮ ਨਾਲੋਂ ਵੱਡਾ ਹੈ ਨਬੀ ਵੀ ਮਰ ਗਏ ਤੂੰ ਆਪਣੇ ਆਪ ਨੂੰ ਕਿਹੜੀ ਗਿਣਤੀ ਵਿੱਚ ਗਿੰਦਾ ਹੈ ਯਿਸੂ ਨੇ ਉੱਤਰ ਦਿੱਤਾ ਜੇਕਰ ਮੈਂ ਆਪਣੀ ਬੜਾਈ ਆਪ ਕਰਾਂ ਤਾਂ ਮੇਰੀ ਬੜਾਈ ਕੁਝ ਵੀ ਨਹੀਂ ਹੈ ਇਹ ਮੇਰਾ ਪਿਤਾ ਹੈ ਜੋ ਮੇਰੀ ਬੁਢਾਈ ਕਰਦਾ ਹੈ ਜਿਸ ਨੂੰ ਤੁਸੀਂ ਆਪਣਾ ਪਰਮੇਸ਼ਰ ਕਹਿੰਦੇ ਹੋ ਪਰ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ ਮੈਂ ਉਸ ਨੂੰ ਜਾਣਦਾ ਹਾਂ ਇਸ ਲਈ ਜੇਕਰ ਮੈਂ ਇਹ ਕਿਹਾ ਕਿ ਮੈਂ ਉਸ ਨੂੰ ਨਹੀਂ ਜਾਣਦਾ ਹਾਂ ਤਾਂ ਵੀ ਤੁਹਾਡੀ ਤਰ੍ਹਾਂ ਝੂਠਾ ਠਹਿਰਾਗਾ ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਵਚਨ ਅਨੁਸਾਰ ਚੱਲਦਾ ਹਾਂ ਤੁਹਾਡਾ ਪਿਤਾ ਮੇਰੇ ਦਿਨ ਨੂੰ ਦੇਖ ਕੇ ਅਤਿਅੰਤ ਖੁਸ਼ ਹੋ ਉੱਠਿਆ ਉਸਨੇ ਦੇਖਿਆ ਤੇ ਆਨੰਦ ਮਨਾਇਆ ਯਹੂਦੀਆਂ ਨੇ ਯਿਸੂ ਨੂੰ ਕਿਹਾ ਤੂੰ ਤਾਂ ਅਜੇ 50 ਸਾਲ ਦਾ ਵੀ ਨਹੀਂ ਹੋਇਆ ਫਿਰ ਕੀ ਤੂੰ ਅਬਰਾਮ ਨੂੰ ਦੇਖਿਆ ਹੈ ਯਿਸੂ ਨੇ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਅਬਰਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ ਇਸ ਉੱਤੇ ਲੋਕਾਂ ਨੇ ਯਿਸੂ ਨੂੰ ਮਾਰਨ ਵਾਸਤੇ ਪੱਥਰ ਚੁੱਕੇ ਪਰ ਯਿਸੂ ਆਪਣੇ ਆਪ ਨੂੰ ਬਚਾਉਂਦੇ ਹੋਏ ਮੰਦਰ ਵਿੱਚੋਂ ਬਾਹਰ ਨਿਕਲ ਗਏ ਕਿ ਅਬਰਾਮ